ਕੀ ਨਾਮ ਹੈ ਜੀ? ਮੇਰਾ ਨਾਮ ਸੋਨੂ ਕਾਂਬਲੇ, ਦਾਣਾ ਮੰਡੀ ਮਜ਼ਦੂਰ ਯੂਨੀਅਨ ਪ੍ਰਧਾਨ ਹੈ। ਅਸੀਂ ਇਸ ਲਈ ਧਰਨਾ ਲਾਇਆ, ਸਾਡੇ ਮਜ਼ਦੂਰ ਦੇ ਲੰਬੂ ਦੇ ਥੱਪੜ ਮਾਰਾ ਜ਼ਿਮੀਂਦਾਰ ਨੇ। ਅਸੀਂ ਉਹਨੂੰ ਕਿਹਾ ਚਲੋ ਜਿਹੜੀ ਵੀ ਦਾਰਾ ਦੀ ਗਲਤੀ ਆਪਾਂ ਸੋਰੀ ਫੀਲ ਕਰਾ ਦਿੰਦੇ ਹਾਂ। ਉਸਨੇ ਫਿਰ ਪੁਲਿਸ ਬੁਲਾਈ ਫੋਨ 'ਤੇ, ਜਦੋਂ ਅਸੀਂ ਬੁਲਾਉਂਦੇ ਹਾਂ ਪੁਲਿਸ, ਉਦੋਂ 3-3 ਘੰਟੇ ਪੁਲਿਸ ਨਹੀਂ ਆਉਂਦੀ। ਉਸਨੇ ਆਪਦੀ ਪਾਵਰ ਦਾ ਇਸਤੇਮਾਲ ਕਰਕੇ ਪੁਲਿਸ 1 ਮਿੰਟ 'ਚ ਬੁਲਾ ਲਈ ਸਾਡੇ ਬੰਦੇ 'ਚ ਗਾ ਤੇ, ਜਾਂ ਨਾਲੇ ਕਹਿੰਦਾ ਵੀ ਇਹਨੇ ਗੋਲੀਆਂ ਪਾ ਦਿਓ। ਦੱਸੋ ਸਰ, ਸਰਕਾਰ ਇਹਨਾਂ ਦੀ ਤਾਂ ਗੋਲੀਆਂ ਥੋੜ੍ਹੀ ਪਾਵਾਂ ਗਰੀਬ ਬੰਦਿਆਂ ਦੇ। ਜਗ੍ਹਾ ਦਾ ਮਸਲਾ ਸੀ, ਜਗ੍ਹਾ ਟਰਾਲੀ ਦਾ ਲਵਾਣੀ ਸੀ ਤੇ ਉਹਨੇ ਜਾ ਕੇ ਸੋਟੀ ਮਾਰਤੀ, ਸੋਟੀ ਤੋਂ ਬਾਅਦ ਥੱਪੜ ਮਾਰਤਾ ਜੀ। ਸਾਡੇ 2 ਬੰਦੇ ਚੱਕੇ ਸੀ, ਅਸੀਂ ਇਹਨਾਂ ਨੂੰ ਲਿਆਂਦਾ, ਇੱਕ ਲੜਕਾ ਜੀ ਇਹਨਾਂ ਦਾ। ਹਾਂਜੀ ਹਾਂਜੀ, ਅਸੀਂ ਜਦੋਂ ਤੱਕ ਪਰਚਾ ਦਰਜ ਨਹੀਂ ਹੁੰਦਾ ਥੱਪੜ ਮਾਰਨ ਵਾਲੇ ਦੇ, ਉਦੋਂ ਤੱਕ ਅਸੀਂ ਧਰਨਾ ਨਹੀਂ ਚੱਕਣਾ। ਪੁਲਿਸ ਨਾਲ ਸਾਡੀ ਗੱਲ ਹੋਈ, ਉਹ ਕਹਿੰਦੇ ਅਸੀਂ ਪਰਚਾ ਦਰਜ ਕਰਦੇ ਹਾਂ ਤੇ ਜਨਾਬ ਪੁਲਿਸ 'ਤੇ ਵਿਸ਼ਵਾਸ ਹੈ ਵੀ ਉਹ ਪਰਚਾ ਦਰਜ ਕਰ ਰਹੀ ਹੈ। ਬੰਦਾ ਨੰਬਰਦਾਰ ਹੈ, ਜਲਾਲਾਬਾਦ ਰੋਡ ਦਾ। ਹਾਂਜੀ, ਕਣਕਾ ਹੀ ਹੈ ਉਹ। ਵੇਖੋ ਜੀ, 16 ਮੋਸਚਰ ਇੱਧਰ ਆਈ ਸਾਹਮਣੇ ਮੰਡੀ 'ਚ, 13-13 ਮੋਸਚਰ ਕਣਕ ਨਹੀਂ ਭਰੀ ਸੀ, ਉਹਨਾਂ ਨੇ ਆਪਦੀ ਪਾਵਰ ਦਾ ਇਸਤੇਮਾਲ ਕਰਕੇ 16 ਮੋਸਚਰ ਕਣਕ ਭਰਾਈ ਹੈ ਜੀ। ਉਹ ਸਾਹਮਣੇ ਜੀ ਨਾਂ ਲਿਖੀ ਗਈ ਹੈ, ਮਾਰਕੀਟ ਕਮੇਟੀ ਦਾ ਰਿਕਾਰਡ ਨਹੀਂ। ਅੱਜ ਸੁਬਾਹ ਦਾਣਾ ਮੰਡੀ ਦੇ ਵਿੱਚ ਮਜ਼ਦੂਰ ਦੁਨੀਆਂ ਅਤੇ ਕਿਸਾਨ ਪੰਮਾ ਸਿੰਘ ਦੀ ਆਸ ਵਿੱਚ ਦੀ ਕਣਕ ਨੂੰ ਲੈ ਕੇ ਤੂੰ ਤੂੰ ਮੈਂ ਹੋ ਗਈ ਸੀ, ਜਿਸ ਸੰਬੰਧੀ ਮਜ਼ਦੂਰ ਦਲਦਾਰ ਸਿੰਘ ਨੇ 1 ਮਿੰਟ ਦਰਖਾਸਤ ਦਿੱਤੀ ਹੈ ਪੰਮਾ ਸਿੰਘ ਦੇ ਖਿਲਾਫ਼, ਉਹਦੀ ਛਾਣਬੀਣ ਕਰਕੇ ਜੋ ਕਾਰਵਾਈ ਬਣਦੀ ਆ ਅਮਲ ਵਿੱਚ ਲਿਆਂਦੀ ਜਾਵੇਗੀ।